हुण जिहड़ा आपां देखदे आं एडा कबट्टा इह 50 किलो वजन तोलूगा हैना। हां जी वीर, ठीक आ। ते हुण देख के सारयां नूं हैरानी होऊगी वी 100 किलो दा वट्टा है निक्का जिहा, पर इह वट्टा 100 किलो वजन तोलदा है। ठीक है। हाँ जी, सत श्री अकाल जी सारयां नूं। ते अज आपां आए होए सीगे श्री विश्वकर्मा औजार रिपेयरिंग वर्कस लालपुरा पाली वाला बस स्टैंड दे उत्ते। ते इत्थे थोनू दिखावांगे एक इहो जी चीज़ जिहड़ी बाई होरां ने सांभ के रखी हुई है। ये चीज़ हैगी जी अंग्रेज़ां दे टाइम दी। ते आजो फिर थोनू दिखाउणे आ वी इह की चीज़ आ। ते वीडियो नूं पूरा जरूर देखियो, ते लाइक शेयर कमेंट जरूर कर दिया करो। ते दिखाउणे आ थोनू फिर वो चीज़। ते आजो फिर। सत श्री अकाल बाई जी। अपना नाम दस दो जी पहला। ਅਤੇ ਬਾਈ ਆਪਾਂ ਨੂੰ ਦੱਸਣਗੇ ਜਿਹੜੀ ਤੁਸੀਂ ਆ ਸਾਹਮਣੇ ਚੀਜ਼ ਦੇਖ ਰਹੇ ਹੋ ਇਹ ਹੈਗਾ ਪੁਰਾਣੇ ਟਾਈਮਾਂ ਦਾ ਕੰਡਾ। ਅਤੇ ਇਹਦੇ ਬਾਰੇ ਜਾਣਕਾਰੀ ਦੇਣਗੇ ਆਪਾਂ ਨੂੰ ਬਾਈ ਗੁਰਪ੍ਰੀਤ ਜੀ। ਅਤੇ ਵੀਰੇ ਇਹ ਕਿੰਨਾ ਕੁ ਟਾਈਮ ਪੁਰਾਣਾ ਹੋਊਗਾ ਫਿਰ? ਇਹ ਵੀਰੇ ਕੰਡਾ ਹੈਗਾ ਘੱਟ ਤੋਂ ਘੱਟ ਵੀ 70-75 ਸਾਲ ਪੁਰਾਣਾ। 70-75 ਸਾਲ ਪੁਰਾਣਾ ਹੈ ਜੀ। ਵੀ 1940 ਦੇ ਲਗਭਗ ਦਾ ਹੋਣਾ ਹੈ ਨਾ ਜੀ? ਹਾਂਜੀ ਹਾਂ। ਅਤੇ ਤੁਸੀਂ ਫਿਰ ਇਹ ਕਿਵੇਂ ਸਾਂਭ ਕੇ ਰੱਖਿਆ ਹੋਇਆ ਉਨੇ ਟਾਈਮਾਂ ਦਾ? ਦਾਦੇ ਪੜਦਾਦੇ ਵੇਲਿਆਂ ਦਾ। ਅੱਛਾ, ਦਾਦੇ ਪੜਦਾਦੇ ਵੇਲਿਆਂ ਦਾ। ਤੇ ਇਹ ਫਿਰ ਵਜਨ ਕਿਵੇਂ ਤੋਲਦਾ ਹੈ ਤੇ ਇਹਦੀ ਕੀ ਪ੍ਰਕਿਰਿਆ ਹੁੰਦੀ ਹੈ? ਇਹ ਵਜਨ ਵੀਰੇ ਤੋਲਦਾ ਹੈ ਮਤਲਬ ਕਿ ਆਹ ਜਿਹੜੀ ਚੀਜ਼ ਹੈ, ਹਾਂਜੀ, ਇਹ ਇਹਨੂੰ ਜ਼ੀਰੋ ਕਰਨ ਵਾਸਤੇ ਹੈ ਜੀ। ਇਹ ਆਪਾਂ ਇੱਥੇ ਲਾਤੀ, ਇਹ ਮਤਲਬ ਕਿ ਇੱਥੇ ਜ਼ੀਰੋ ਹੋ ਗਿਆ ਜੀ। ਅੱਛਾ, ਹੁਣ ਜ਼ੀਰੋ ਹੋ ਗਿਆ? ਹਾਂਜੀ ਜ਼ੀਰੋ ਹੋ ਗਿਆ। ਤੇ ਆਹ ਚੀਜ਼ ਮਤਲਬ ਕਿ ਇਹਦੇ ਸੈਂਟਰ 'ਚ ਰਹਿਣੀ ਚਾਹੀਦੀ ਹੈ ਜੀ। ਆਹ ਜਿਵੇਂ ਸੈਂਟਰ ਹੈ ਤਾਂ ਜ਼ੀਰੋ ਰਹਿਣੀ ਚਾਹੀਦੀ ਹੈ। ਇਹ 5 ਕਿਲੋ ਤਾਂ ਹੀ ਵੀਰ ਜੀ ਤੋਲਦਾ ਹੈ, ਮਤਲਬ ਕਿ ਇੱਥੇ ਆ ਗਿਆ 1 ਕਿਲੋ, 2 ਕਿਲੋ ਬਿਨਾਂ ਵੱਟੇ ਤੋਂ ਤੋਲਦਾ ਹੈ। 5 ਕਿਲੋ ਤਾਂ ਹੀ ਇੱਥੋਂ ਤਾਂ ਹੀ 5 ਕਿਲੋ ਬਿਨਾਂ ਵੱਟੇ ਤੋਂ ਤੋਲਦਾ, ਬਿਨਾਂ ਵੱਟੇ ਤੋਂ ਤੋਲਦਾ ਵੀਰ ਜੀ। ਠੀਕ ਆ। ਵੈਸੇ ਬਾਈ ਇਹ ਉਵੇਂ ਪੁਰਾਣਾ ਕਿੰਨਾ ਕੁ ਹੋਊਗਾ ਵੀ ਅੰਦਾਜ਼ਾ ਤੁਹਾਨੂੰ ਵੀ 1940 ਦੇ ਲਗਭਗ ਦਾ ਹਨਾ? ਤੇ ਫਿਰ ਤੁਸੀਂ ਲੈ ਕੇ ਕਿੱਥੋਂ ਆਏ ਸੀ ਇਹ? ਇਹ ਲੈ ਕੇ ਵੀਰੇ ਸਾਡਾ ਪੜਦਾਦਾ ਹੀ ਲੈ ਕੇ ਆਇਆ ਸੀਗਾ। ਅੱਛਾ, ਪਤਾ ਨਹੀਂ ਕਿਹੜੀ ਜਗ੍ਹਾ ਤੋਂ ਲੈ ਕੇ ਆਇਆ ਸੀਗਾ। ਠੀਕ ਆ। ਤੇ ਤੁਸੀਂ ਉਦੋਂ ਦਾ ਸਾਂਭ ਕੇ ਰੱਖਿਆ ਹੋਇਆ? ਸਾਂਭ ਕੇ ਰੱਖਿਆ ਹੋਇਆ। ਠੀਕ ਆ। ਤੇ ਬਾਈ ਜੀ ਇਹਦੇ ਕੋਈ ਵੱਟੇ ਬੁੱਟੇ ਹੁੰਦੇ ਆ ਫਿਰ? ਹਾਂ ਜੀ ਭਾਜੀ, ਵੱਟੇ ਹੁੰਦੇ ਆ ਜੀ। ਆ 1/2 ਕਿਲੋ ਦਾ ਵੱਟਾ ਜੀ। ਅੱਛਾ, ਇਹ 50 ਗ੍ਰਾਮ ਦਾ? ਹਾਂਜੀ। ਇਹ ਵਜਨ ਕਿੰਨਾ ਤੋਲੂਗਾ ਉਵੇਂ? ਇਹ ਵਜਨ ਵੀਰ ਜੀ 5 ਕਿਲੋ ਤਾਂ ਹੀ ਤੋਲੂਗਾ ਜੀ। ਅੱਛਾ, ਇਹ 50 ਗ੍ਰਾਮ ਦਾ ਵੱਟਾ 5 ਕਿਲੋ ਵਜਨ ਤੋਲੂਗਾ? ਹਾਂਜੀ। ਅੱਛਾ, ਇਹ ਹੋਰ ਵੀ ਵੱਟੇ ਹੈਗੇ ਵੀਰ ਜੀ? ਹੋਰ ਕਿਹੜੇ ਕਿਹੜੇ ਵੱਟੇ ਆਪਣੇ ਕੋਲੇ? ਆਹ 10 ਕਿਲੋ ਦਾ ਵੱਟਾ ਜੀ। ਆਹ 10 ਕਿਲੋ ਦਾ ਵੱਟਾ, ਇਹ 100 ਗ੍ਰਾਮ ਵਜਨ ਤੋਲੂਗਾ? ਹਾਂਜੀ ਹਾਂਜੀ ਵੀਰ ਜੀ। ਠੀਕ ਆ ਬਾਈ। ਹਾਂ, ਤੇ ਆਹ 20 ਕਿਲੋ ਦਾ ਵੱਟਾ ਭਾਜੀ? ਇਹ ਫਿਰ 200 ਗ੍ਰਾਮ ਹੋ ਜੂਗਾ ਹਨਾ? ਹਾਂਜੀ ਹਾਂਜੀ। ਠੀਕ ਆ। ਆਹ ਹੈਗਾ ਜੀ 50 ਕਿਲੋ। ਇਹ 50 ਕਿਲੋ ਦਾ ਵੱਟਾ ਹਾਂਜੀ 1/2 ਕਿਲੋ ਵਜਨ ਤੋਲੂਗਾ? ਹਾਂਜੀ। 1/2 ਕਿਲੋ ਉਹਦੇ ਬਰਾਬਰ ਕਰਿਆ ਹੋਇਆ ਕੀਤਾ ਹੋਇਆ? ਹਾਂਜੀ ਹਾਂਜੀ ਹਾਂਜੀ। ਅੱਛਾ, ਵਜਨ 50 ਕਿਲੋ ਹੀ ਤੋਲੂਗਾ? 50 ਕਿਲੋ ਤੋਲੂਗਾ। ਹਾਂਜੀ ਵੀਰ। ਹੁਣ ਜਿਹੜਾ ਆਪਾਂ ਦੇਖਦੇ ਆਂ ਐਡਾ ਕੁ ਵੱਟਾ, ਇਹ 50 ਕਿਲੋ ਵਜਨ ਤੋਲੂਗਾ ਹਨਾ? ਹਾਂਜੀ ਵੀਰ। ਠੀਕ ਆ। ਆਹ ਵੱਟਾ ਹੈਗਾ ਜੀ ਕੁਆਂਟਲ ਦਾ। ਠੀਕ ਆ ਵੀ, ਆਹ ਕੁਆਂਟਲ ਦਾ ਵੱਟਾ ਵੀ 100 ਕਿਲੋ ਲਿਖਿਆ ਤੁਸੀਂ ਦੇਖ ਸਕਦੇ ਹੋ। ਆਹ ਲਿਖਿਆ 100 ਕਿਲੋ ਇਹਦੇ ਉੱਤੇ। ਤੇ ਹੁਣ ਦੇਖ ਕੇ ਸਾਰਿਆਂ ਨੂੰ ਹੈਰਾਨੀ ਹੋਊਗੀ ਵੀ 100 ਕਿਲੋ ਦਾ ਵੱਟਾ ਹੈ ਨਿੱਕਾ ਜਿਹਾ, ਪਰ ਇਹ ਵੱਟਾ 100 ਕਿਲੋ ਵਜਨ ਤੋਲਦਾ। ਠੀਕ ਹੈ ਵੀਰੇ। ਤੇ ਇਹਦੇ ਉੱਤੇ ਤੁਸੀਂ ਵਜਨ ਤੋਲ ਕੇ ਦਿਖਾ ਸਕਦੇ ਹੋ ਵੀ ਕਿਵੇਂ ਤੋਲਦੇ ਹੁੰਦੇ ਆ? ਲਓ ਜੀ, ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਵਜਨ ਤੋਲ ਕੇ ਵੀ ਇਹ ਵਜਨ ਕਿਵੇਂ ਤੋਲਦਾ ਹਨਾ ਕੰਡਾ। ਲਿਆ ਬਾਈ ਤੋਲ ਕੇ ਵਿਖਾਈ ਥੋੜਾ ਜਿਹਾ ਵਜਨ। ਆ ਰੱਖਤਾ ਜੀ ਆਪਾਂ ਬੀਮ। ਤੇ ਹੁਣ ਵੱਟੇ ਕਿਵੇਂ ਲੱਗਣਗੇ ਜੀ ਇਹਦੇ? ਵੱਟਾ ਹੈ ਜੀ 5 ਕਿਲੋ ਦਾ ਵੱਟਾ ਜੀ ਵੀਰ ਜੀ ਇਹ। ਅੱਛਾ, ਇਹ 5 ਕਿਲੋ ਦਾ ਵੱਟਾ? 5 ਕਿਲੋ ਦਾ ਵੱਟਾ ਜੀ। ਤੇ ਆਹ ਹੁਣ ਆਪਾਂ ਵਜਨ ਸੈੱਟ ਕਰਾਂਗੇ ਜੀ। ਠੀਕ ਆ ਵੀਰੇ। ਆਹ ਵਜਨ ਸੈੱਟ ਹੋ ਗਿਆ ਜੀ 3 ਕਿਲੋ, 5 ਤੇ 3 8। ਆਹ ਸੈਂਟਰ ਜੀ ਜਮਾਂ 0-0 8 ਕਿਲੋ ਵਜਨ ਹੈ ਵੀਰ ਜੀ ਇਹਦਾ। ਅੱਛਾ, ਹੁਣ ਇਹਦਾ ਵਜਨ ਹੈਗਾ 8 ਕਿਲੋ? 8 ਕਿਲੋ ਹਾਂਜੀ। ਤੇ ਆਪਾਂ ਕੋਈ ਹੋਰ ਵੀ ਭਾਰੀ ਚੀਜ਼ ਹੈਗੀ ਇੱਥੇ ਜਿਹਦਾ ਹੋਰ ਵੀ ਆਪਾਂ ਡਿਟੇਲ ਨਾਲ ਦੇਖ ਸਕੀਏ ਹਨਾ? ਹਾਂ, ਤੋਲ ਸਕਦੇ ਹਾਂ ਵੀਰ ਜੀ, ਜ਼ਰੂਰ ਤੋਲ ਸਕਦੇ ਹਾਂ। ਆਹ ਵੀਰ ਜੀ ਵੱਟਾ ਪਿਆ, ਆਹ ਤੋਲ ਸਕਦੇ ਹਾਂ ਆਪਾਂ। ਨਾਲ ਹੀ ਰੱਖਦੇ? ਨਾਲ ਹੀ ਰੱਖ ਦਿਓ ਇਹਦੇ। ਹਾਂ, ਇਹ 1/2 ਕਿਲੋ ਦਾ ਵੱਟਾ ਵੀਰੇ? ਲਓ ਬਾਈ ਵਜਨ ਇੱਕ ਵਾਰੀ ਫਿਰ ਤੋਲ ਕੇ ਦਿਖਾਇਓ ਹੁਣ ਵੀ ਜਿਹੜੀ ਆਪਾਂ ਆਹ ਚੀਜ਼ ਰੱਖੀ ਹੈ ਇਹਦਾ ਵਜਨ ਕਿਵੇਂ ਕਿੰਨਾ ਕੁ ਹੋਊਗਾ?
अच्छा पहला आपा वट्टे रखने है ना एवं वी किलो दा दस किलो दा फेर हो गया ठीक है जी पांच किलो दा हो गया ते हुण फिर पैंती किलो जी पैंती ते वीर जी आ पांच किलो आपा सेट करने खातर है जी अच्छा वट्टे रख के ते आ जेड़ा अपने एनु सेंटर च करना हुंदा फेर इहदा सही वजन आउंदा है ना जी हां हुण ए 35 किलो ते हो गया जी 3 किलो हो गया नहीं एह 10 किलो दा वट्टा सीगा ए 20 दा फिर 10 दा 10 दा 30 दा ते 5 35 ते 3 इह हो गया ठीक है जी आ हो गया 38 किलो वजन है ना जी ऐ इस कंडे नाल वजन तोलिया जांदा सीगा ਤੇ ਬਾਈਆਂ ਨੇ ਹਜੇ ਤੱਕ ਵੀ ਸਾਂਭ ਕੇ ਰੱਖੀ ਹੋਈ ਹੈ ਪੁਰਾਣੀ ਵਿਰਾਸਤ ਤੇ ਬਹੁਤ ਬਹੁਤ ਧੰਨਵਾਦ ਬਾਈਆਂ ਦਾ ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਬਾਈ ਗੁਰਪ੍ਰੀਤ ਜੀ ਨੇ ਤੇ ਬਾਈ ਰਕੇਸ਼ ਜੀ ਨੇ ਤੇ ਬਹੁਤ ਬਹੁਤ ਧੰਨਵਾਦ ਕਰਦੇ ਇਹਨਾਂ ਨੇ ਆਪਦਾ ਟਾਈਮ ਕੱਢਿਆ ਸਾਡੇ ਵਾਸਤੇ ਤੇ ਇੱਥੇ ਹੀ ਆਪਾਂ ਕਰਦੇ ਹਾਂ ਵੀਡੀਓ ਦੀ ਸਮਾਪਤੀ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਧੰਨਵਾਦ ਜੀ।